हेलो, अज असी दालचीनी बारे दसांगे। असी 2 चुटके दालचीनी लई, थोड़ी जी असी शहद लई। जिहड़ी महिला गर्भ धारण करना चाहुंदी होवे ओह इस नूं जरूर लैण। इस दे फायदे बहुत हन। इस नाल कई बीमारियां ठीक हुंदियां हन। इक कोलेस्ट्रोल नूं कंट्रोल कर, शुगर वास्ते भी बहुत वधिया है दालचीनी। इन्हां दे गोडे गिट्टे दुखदे हन उन्हां वास्ते भी बहुत वधिया है दालचीनी। ਇਹ ਕੌਨਸੀਵੇਸ਼ਨ ਦੀ ਪ੍ਰੋਬਲਮ ਨੂੰ ਠੀਕ ਕਰਦੀ ਹੈ, ਕਬਜ਼ ਨੂੰ ਵੀ ਦੂਰ ਕਰਦੀ, ਪੇਟ ਦੀਆਂ ਕਈ ਬਿਮਾਰੀਆਂ ਠੀਕ ਕਰਦੀ ਹੈ, ਪੀਰੀਅਡ ਦੀ ਸਮੱਸਿਆ ਨੂੰ ਵੀ ਦੂਰ ਕਰਦੀ ਹੈ, ਸਰਦੀ ਖਾਂਸੀ ਜ਼ੁਕਾਮ ਨੂੰ ਵੀ ਠੀਕ ਕਰਦੀ ਹੈ। ਇਸ ਨੂੰ ਤੁਸੀਂ ਇੱਕ ਇੱਕ ਚੁਟਕੇ ਗਰਮ ਪਾਣੀ ਵਿੱਚ ਵੀ ਪੀ ਸਕਦੇ ਹੋ, ਇੱਕ ਚੁਟਕੇ ਤੁਸੀਂ ਗਰਮ ਦੁੱਧ ਵਿੱਚ ਵੀ ਰਾਤ ਨੂੰ ਲੈ ਸਕਦੇ ਹੋ। ਭਾਰ ਘਟਾਉਣ ਵਿੱਚ ਵੀ ਮਦਦ ਕਰਦੀ ਹੈ। ਇਸ ਨੂੰ ਤੁਸੀਂ ਲੈਣਾ ਇੱਕ ਟਾਈਮ, ਰਾਤ ਨੂੰ ਲਓ ਤਾਂ ਜ਼ਿਆਦਾ ਫਾਇਦਾ ਕਰਦੀ ਹੈ। ਇਸ ਨਾਲ ਚਰਮ ਰੋਗ ਵੀ ਠੀਕ ਹੁੰਦਾ ਹੈ। ਇਸ ਨੂੰ ਤੁਸੀਂ ਅੱਧਾ ਘੰਟਾ ਪਹਿਲਾਂ ਲੈਣਾ ਹੈ ਖਾਣਾ ਖਾਣ ਤੋਂ। ਜਿਨ੍ਹਾਂ ਦੀ ਬੱਚੇਦਾਨੀ ਕਮਜ਼ੋਰ ਹੁੰਦੀ ਉਹਨਾਂ ਲਈ ਬਹੁਤ ਹੀ ਵਧੀਆ ਹੈ ਦਾਲਚੀਨੀ ਨੂੰ ਖਾਣ। ਅਸੀਂ ਸ਼ਹਿਦ ਵਿੱਚ ਦਾਲਚੀਨੀ ਪਾ ਕੇ ਦੱਸਾਂਗੇ ਕਿੱਦਾਂ ਖਾਣ। ਦਾਲਚੀਨੀ ਅਸੀਂ ਪਾ ਦਿੱਤੀ, ਇਸ ਨੂੰ ਘੋਲਾਂਗੇ। ਇਸ ਨੂੰ ਤੁਸੀਂ ਆਪਣੀ ਉਂਗਲੀ ਦੀ ਸਹਾਇਤਾ ਦੇ ਨਾਲ ਆਪਣੇ ਬੁੱਟਾਂ ਤੇ ਲਗਾਉਣਾ ਹੈ। ਇਸ ਦਾ ਰਸ ਜਿਹੜਾ ਹੈ ਤੁਸੀਂ ਅੰਦਰ ਨਿਗਾ ਲੈਣਾ। ਜੇ ਤੁਸੀਂ ਬੱਚਾ ਕੰਸੀਨ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਇਸ ਤਰ੍ਹਾਂ ਬੁੱਟਾਂ ਤੇ ਲਗਾਉਣਾ ਹੈ ਉਂਗਲੀ ਦੀ ਸਹਾਇਤਾ। ਹੱਥ ਤੁਸੀਂ ਆਪਣੇ ਚੰਗੀ ਤਰ੍ਹਾਂ ਵਾਸ਼ ਕਰਨੇ ਹਨ, ਧੋਣੇ ਹਨ। ਇਹ ਸਰਦੀਆਂ ਵਿੱਚ ਜ਼ਿਆਦਾ ਫਾਇਦਾ ਕਰਦਾ ਹੈ ਇਸ ਨੂੰ ਵਰਤਣ ਨਾਲ। ਜੇ ਸਰਦੀਆਂ 'ਚ ਲੈਣਾ ਹੈ ਤਾਂ ਮਹੀਨੇ ਵਿੱਚ 15 ਦਿਨ ਲੈਣਾ ਹੈ, ਫਿਰ 15 ਦਿਨ ਛੱਡ ਦੇਣਾ ਹੈ। ਫਿਰ ਤੁਸੀਂ ਗੁੜ ਅਤੇ ਇਮਲੀ ਦੀ ਚਟਣੀ ਲੈਣੀ ਹੈ 15 ਦਿਨ। ਫਿਰ ਅਗਲੇ ਮਹੀਨੇ ਫਿਰ ਤੁਸੀਂ 15 ਦਿਨ ਲੈਣਾ ਹੈ ਇਸ ਨੂੰ ਦਾਲਚੀਨੀ ਦੇ ਮਿਸ਼ਰਣ ਨੂੰ। ਇਸ ਨੂੰ ਲਗਾਉਣ ਤੋਂ ਬਾਅਦ ਤੁਸੀਂ 1 ਘੰਟਾ ਕੁਛ ਨਹੀਂ ਖਾਣਾ। ਫਿਰ ਥੋੜ੍ਹਾ ਜਿਹਾ ਕੋਸਾ ਪਾਣੀ ਪੀ ਲੈਣਾ ਹੈ, ਸਿਪ ਕਰਕੇ ਪਾਣੀ ਪੀਣਾ ਹੈ ਤਾਂ ਉਸ ਨੂੰ ਕੁਰਲਾ ਕਰਕੇ ਅੰਦਰ ਹੀ ਨਗਾ ਲੈਣਾ ਹੈ ਤਾਂ ਕਿ ਜੋ ਸਾਡਾ ਲਾਰਵਾ ਹੈ ਉਹ ਅੰਦਰ ਹੀ ਰਹੇ। ਇਹ ਉਂਗਲੀ ਨਾਲ ਤੁਸੀਂ ਇਸ ਤਰ੍ਹਾਂ ਲੈਣਾ ਹੈ ਅਤੇ ਇਸ ਤਰ੍ਹਾਂ ਆਪਣੇ ਸਾਰੇ ਮਸੂੜਿਆਂ 'ਤੇ ਮਲ ਲੈਣਾ ਹੈ। ਇਸ ਨੂੰ ਖਾਣ ਨਾਲ ਕਈਆਂ ਨੂੰ ਬੈਨੀਫਿਟ ਹੋਇਆ। ਜੇ ਤੁਸੀਂ ਇਸ ਨੂੰ ਗਰਮੀਆਂ 'ਚ ਖਾਣਾ ਹੈ ਤਾਂ ਦਾਲਚੀਨੀ 10 ਦਿਨ ਖਾਣਾ। ਦਾਲਚੀਨੀ ਅਸੀਂ ਆਪਣੇ ਮਸੂੜਿਆਂ 'ਤੇ ਲਾ ਲਈ। ਇਹ ਅਸੀਂ ਇਮਲੀ ਲਈ ਹੈ, ਚਟਨੀ ਬਣਾਈ ਸੀ ਗੁੜ ਅਤੇ ਇਮਲੀ। ਅਸੀਂ 1 ਮਹੀਨਾ ਦੋਨਾਂ ਦਾ ਸੇਵਨ ਕਰਨਾ ਹੈ। ਗਰਮੀਆਂ ਵਿੱਚ 10 ਦਿਨ ਕਰਨਾ ਹੈ ਇਮਲੀ ਦਾ, 10 ਦਿਨ ਤੁਸੀਂ ਦਾਲਚੀਨੀ ਅਤੇ ਸ਼ਹਿਦ। ਮੈਂ ਬਹੁਤ ਸਾਰੀਆਂ ਦਵਾਈਆਂ ਖਾਧੀਆਂ ਪਰ ਮੈਨੂੰ ਫਰਕ ਨਹੀਂ ਪਿਆ। ਫਿਰ ਮੈਂ ਦਾਲਚੀਨੀ ਅਤੇ ਗੁੜ ਦਾ ਇਸਤੇਮਾਲ ਕੀਤੀ, ਮੈਨੂੰ ਬੱਚਾ ਕੰਸੀਲ ਹੋ ਗਿਆ। ਅਤੇ ਇਮਲੀ ਅਤੇ ਗੁੜ ਦੀ ਚਟਨੀ, ਇਹ ਨੁਸਖਾ ਮੇਰੀ ਦਾਦੀ ਜੀ ਕਰਿਆ ਕਰਦੇ ਸਨ ਘਰ ਵਿੱਚ। ਜਦੋਂ ਉਹਨਾਂ ਦੇ ਕੋਲ ਕੋਈ ਪੁੱਛਣ ਆਉਂਦਾ ਸੀ ਤਾਂ ਫਿਰ ਮੈਂ ਕਿਹਾ ਆਪਣੇ 'ਤੇ ਅਜਮਾਉਣਾ ਚਾਹੀਦਾ ਹੈ। ਅੱਜ ਮੇਰੀ ਬੱਚੀ 4 ਸਾਲ ਦੀ ਹੋ ਗਈ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੇ ਦਾਦੀ ਜੀ ਦੇ ਨੁਸਖੇ ਨਾਲ ਬੱਚਾ ਕੰਸੀਨ ਕਰ ਲਿਆ। ਜੇ ਅਸੀਂ ਆਪਣੇ ਦਾਦੀ ਨਾਨੀ ਦੇ ਨੁਸਖੇ ਚਾਤ ਰੱਖੀਏ ਤਾਂ ਬਹੁਤ ਬੈਨੀਫਿਟ ਹੈ। ਨੁਸਖਾ ਮੈਂ ਕਈ ਵਾਰੀ ਕਈਆਂ ਨੂੰ ਦੱਸਿਆ, ਮੈਂ ਕਿਹਾ ਚਲੋ ਅੱਜ ਯੂਟਿਊਬ 'ਤੇ ਦੱਸਣਾ ਚਾਹੀਦਾ। ਚਟਨੀ ਨੂੰ ਖਾਣ ਨੂੰ ਥੋੜ੍ਹਾ ਜਿਹਾ ਪਾਣੀ ਵਿੱਚ ਘੋਲ ਕੇ ਪੀ ਲਓ, 1/4 ਹਿੱਸਾ ਪਾਣੀ ਦਾ। ਦਾਲਚੀਨੀ ਅਤੇ ਚਟਨੀ ਨਾਲ ਸਾਨੂੰ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਨਾਲੇ ਪੰਜਾਬੀ ਤੁੜਕਾ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਤੁਸੀਂ ਦੱਸੋ ਗੁੜ ਅਤੇ ਇਮਲੀ ਦੇ ਚਟਨੀ ਦੇ ਕੀ ਫਾਇਦੇ ਹਨ ਅਤੇ ਦਾਲਚੀਨੀ। ਓਕੇ ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ। ਤੁਹਾਨੂੰ ਪਸੰਦ ਆਏ ਤਾਂ ਸਬਸਕ੍ਰਾਈਬ ਕਰ ਦਿਓ, ਪਸੰਦ ਆਏ ਨੁਸਖਾ ਤਾਂ ਨਾ ਕਰੋ। ਪੰਜਾਬੀ ਤੁੜਕਾ, ਓਕੇ ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ।